ਕਿਸਾਨੀ ਅੰਦੋਲਨ ਨੂੰ ਲੈ ਕੇ ਜਿਸ ਦਾ ਵੱਡਾ ਨਾਮ ਹੈ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਰੱਖੇ ਹੋਏ ਐ ਤੇ ਅੱਜ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਜਿਹੜੇ ਕੁਝ ਨੁਮਾਇंदे ਤੇ ਨਾਲ ਦੀ ਨਾਲ ਪ੍ਰਸ਼ਾਸਨ ਵਿਚਾਲੇ ਮੀਟਿੰਗ ਹੁੰਦੀ ਹੈ ਪਰ ਇਹ ਬੈਠਕ ਜਿਹੜੀ ਹੈ ਬੇਸੀਟਾ ਰਹਿੰਦੀ ਹੈ ਇਸ ਦੇ ਵਿੱਚ ਕੁਝ ਵੀ ਨਹੀਂ ਨਿਕਲਦਾ ਕਿਸਾਨ ਲੀਡਰ ਕਿਸਾਨ ਜਥੇਬੰਦੀਆਂ ਇਸ ਗੱਲ ਦੇ ਉੱਪਰ ਅੜੀਆਂ ਹੋਈਆਂ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਮਾਫੀ ਮੰਗਣ ਕਿਸਾਨਾਂ ਤੋਂ ਕਿਸਾਨ ਜਥੇਬੰਦੀਆਂ ਤੋਂ ਕਿਉਂਕਿ ਭਗਵੰਤ ਮਾਨ ਨੇ ਦਾਵਾ ਕੀਤਾ ਸੀ ਜਦੋਂ ਐਲਾਨ ਕੀਤਾ ਸੀ ਤੇ ਉਸ ਦੇ ਵਿੱਚ ਇੱਕ ਜ਼ਿਕਰ ਕਰਦੇ ਸੀ ਭਗਵੰਤ ਮਾਨ ਕੀ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਨਾ ਹੁਣ ਰਿਵਾਜ ਹੀ ਬਣ ਚੁੱਕਿਆ ਗੱਲ ਗੱਲ ਦੇ ਉੱਪਰ ਕਿਸਾਨ ਧਰਨੇ ਤੇ ਬਹਿ ਜਾਂਦੇ ਨੇ ਸੜਕਾ ਜਾਮ ਕਰਦੇ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ ਤਾਂ ਇਸ ਤੋਂ ਇਲਾਵਾ ਕੁਝ ਕਿਸਾਨਾਂ ਵੱਲੋਂ ਉਹ ਫੋਟੋਆਂ ਵੀ ਜਾਰੀ ਕੀਤੀਆਂ ਜਾਂਦੀਆਂ ਜਿਸ ਦੇ ਵਿੱਚ ਖੁਦ ਭਗਵੰਤ ਮਾਨ ਦੀ ਪਾਰਟੀ ਆਮ ਆਦਮੀ ਪਾਰਟੀ ਜਦੋਂ ਸੱਤਾ 'ਚ ਨਹੀਂ ਹੁੰਦੀ ਤਾਂ ਉਦੋਂ ਧਰਨੇ ਪ੍ਰਦਰਸ਼ਨਾਂ ਦੇ ਵਿੱਚ ਹਿੱਸਾ ਲੈਂਦੀ ਹੈ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਨਾਲ ਪਹੁੰਚਦੇ ਐ ਤੇ ਕੁਲਤਾਸ ਸਿੰਘ ਸੰਧਵਾ ਵੀ ਜਿਹੜੇ ਐ ਉਸ ਧਰਨੇ ਦੇ ਵਿੱਚ ਪਹੁੰਚਦੇ ਐ ਜਦੋਂ ਸੱਤਾ ਦੇ ਵਿੱਚ ਨਹੀਂ ਹੁੰਦੇ ਤਾਂ ਜ ਕੁਲਦੀਪ ਸਿੰਘ ਢਲੀਵਾਲ ਜੋ ਪੰਚਾਇਤ ਮੰਤਰੀ ਆ ਉਹਨਾਂ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਮਨਾਉਣ ਦੀ ਪਰ ਜਿਹੜੇ ਐ ਢੱਲੇਵਾਲ ਦਾ ਜਿਹੜਾ ਆਪਣਾ ਮਨ ਮਨ ਪੂਰੀ ਤਰ੍ਹਾਂ ਦੇ ਨਾਲ ਬਣਾ ਚੁੱਕੇ ਕਿ ਪਹਿਲਾ ਭਗਵੰਤ ਮਾਨ ਮਾਫੀ ਮੰਗਣ ਆਪਣੇ ਬਿਆਨ ਤੋਂ ਕਿਸਾਨਾਂ ਦੇ ਪ੍ਰਤੀ ਜੋ ਦਿੱਤਾ ਗਿਆ ਮਾਫੀ ਮੰਗੀ ਜਾਵੇ ਕਿਸਾਨਾਂ ਤੋਂ ਅਗਲਾ ਧੜਾ ਜਿਹੜਾ ਹੁਣ ਇਸ ਮਾਮਲੇ ਦੇ ਵਿੱਚ ਅੱਗੇ ਕੀ ਫੈਸਲਾ ਆਂਦਾ ਹੈ ਕਿ ਕਦੋਂ ਤੱਕ ਭਗਵੰਤ ਮਾਨ ਮਾਫੀ ਮੰਗਦੇ ਨੇ ਜਾਂ ਕੀ ਬਿਆਨ ਦਿੰਦੇ ਨੇ ਇਸ ਸਬੰਧੀ ਜਿਹੜੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਹੋਵੇਗੀ ਪਰ ਫਿਲਹਾਲ ਕਿਸਾਨ ਅੜ ਚੁੱਕੇ ਆ ਭਗਵੰਤ ਮਾਨ ਦੀ ਮਾਫੀ ਤੇ ਉਧਰ ਪਟਿਆਲਾ ਰਾਜਪੂਰਾ ਦੇ ਵਿੱਚ ਜੋ ਧਰਨਾ ਲਗਾਏ ਹੋਏ ਕਿਸਾਨ ਬੈਠੇ ਹੋਏ ਨੇ ਜਿਸ ਦੇ ਜਿਸ ਦੇ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਜਾਂਦੇ ਵਿਦਿਆਰਥੀ ਜਿਹੜੇ ਮੁਲਾਜ਼ਮ ਹੈ ਯੂਨੀਵਰਸਿਟੀ ਦੇ ਨਾਲ ਦੀ ਨਾਲ ਅਰਬਨ ਸਟੇਟ ਫੇਜ਼ 1 2 ਤੇ 3 ਦੇ ਨਾਲ ਇਕਨੌਰ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਆ ਰਹੀਆਂ ਸੀ ਕਿਉਂਕਿ ਟੋਲ ਪਲਾਜ਼ਾ ਜੋ ਉਸ ਦੇ ਉੱਪਰ ਚੱਕਾ ਜਾਮ ਕੀਤਾ ਹੋਇਆ ਸੀ ਜਾਂ ਉੱਥੇ ਬੈਠੇ ਹੋਏ ਸੀ ਹਾਲਾਂਕਿ ਇਕਰਾ ਖੋਲੇ ਹੋਏ ਸੀ ਪਰ ਇਸ ਦੇ ਵਿਚਾਲੇ ਵੀ ਕਿਸਾਨਾਂ ਦੇ ਇਸ ਪ੍ਰਦਰਸ਼ਨ ਕਰਕੇ ਲੋਕਾਂ ਨੂੰ ਜਿਹੜੇ ਮੈਂ ਨਾਮ ਲੈ ਗਏ ਪਹਿਲਾਂ ਨਾਮ ਦੱਸੇ ਨੇ ਇਹਨਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਸੀ ਤਾਂ ਹੁਣ ਜੋ ਫੈਸਲਾ ਕੀਤਾ ਗਿਆ ਇਸ ਕਿਸਾਨ ਜਥੇਬੰਦੀਆਂ ਵੱਲੋਂ ਜੋ ਧਰਨਾ ਦੇ ਏਰੀਆ ਨੇ ਉਹਨਾਂ ਨੇ ਕਿਹਾ ਕਿ ਅਸੀਂ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਦੁਪਹਿਰ ਬਾਅਦ 3 ਵਜੇ ਤੱਕ ਹੀ ਜਿਹੜੇ ਆ ਉਹ ਰੋਡਾਂ ਦੇ ਉੱਪਰ ਆ ਕੇ ਬੈਠਾਂਗੇ ਕਿਸ ਲੋਕਾਂ ਦੀ ਅਵਾਜ਼ਾਈ ਪ੍ਰਤੀ ਜੋ ਲੋਕ ਪਰੇਸ਼ਾਨ ਹੋ ਰਹੇ ਸੀ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਤਾਂ ਦੂਸਰੇ ਪਾਸੇ ਕਿਸਾਨ ਲੀਡਰ ਜਿਨ੍ਹਾਂ ਨੇ ਚੋਣਾ ਵੀ ਲੜੀਆਂ ਰਾਜੇਵਾਲ ਬਲਬੀਤ ਸਿੰਘ ਰਾਜੇਵਾਲ ਨੇ ਵੱਡਾ ਫੈਸਲਾ ਕੀਤਾ ਔਰ ਕੀ ਪੰਜਾਬ ਦੇ ਪਾਣੀਆਂ ਦੇ ਉੱਪਰ ਹੁਣ ਪੰਜਾਬ ਸਰਕਾਰ ਦੀ ਕਿ ਰਵੰਦੀ ਕੀਤੀ ਜਾਵੇਗੀ 30 ਦਸੰਬਰ ਤੋਂ ਪਾਣੀਆਂ ਦੇ ਮੁੱਦੇ ਦੇ ਉੱਪਰ ਸਰਕਾਰ ਦੇ ਖਿਲਾਫ ਮੋਰਚਾ ਖੋਲੇ ਜਾਵੇਗਾ ਦਰਸਲ ਇਹ ਬਿਆਨ ਇਸ ਉਦੋਂ ਦਿੱਤਾ ਜਾਂਦਾ ਬਲਬੀਰ ਸਿੰਘ ਰਾਜੇਵਾਲੋਂ ਰਾਜੇਵਾਲ ਵੱਲੋਂ ਜਦੋਂ ਰਾਜੇਵਾਲ ਦਾਵਾ ਕਰਦੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਸਵਾਈਐਲ ਦਾ ਪਾਣੀ ਹਰਿਆਣਾ ਨੂੰ ਦੇਣ ਲਈ ਤਿਆਰ ਹੈ ਤੇ ਉਹਨਾਂ ਦੇ ਉੱਪਰ ਕੇਂਦਰ ਸਰਕਾਰ ਨੇ ਪ੍ਰੈਸ਼ਰ ਬਣਾਇਆ ਹੋਇਆ ਇਸ ਕਰਕੇ ਭਗਵੰਤ ਮਾਨ ਹੁਣ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਤਿਆਰੀ ਦੇ ਵਿੱਚ ਨਹੀਂ ਤਿਆਰੀ ਕਰ ਬੈਠੇ ਹੋਏ ਨੇ ਤੇ ਹੁਣ ਪਾਣੀਆਂ ਦੇ ਮੁੱਦੇ ਦੇ ਉੱਪਰ ਬਲਵੀਰ ਸਿੰਘ ਰਾਜੇਵਾਲ ਤੇ ਉਹਨਾਂ ਦੀ ਜਥੇਬੰਦੀ ਜਿਹੜੀ ਹੈ ਉਹ 30 ਦਸੰਬਰ ਤੋਂ ਮੋਰਚਾ ਖੋਲੇਗੀ ਪਾਣੀਆਂ ਦੇ ਮੁੱਦੇ ਦੇ ਉੱਪਰ